ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਲਗਾਤਾਰ ਜਾਰੀ ਹੈ। ਵਿਜੀਲੈਂਸ ਦੀਆਂ ਟੀਮਾਂ ਲਗਾਤਾਰ ਤਲਾਸ਼ ਰਹੀਆਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ, ਕਿਉਂਕਿ ਬਠਿੰਡਾ ਲੈਂਡ ਪ੍ਰੋਕਿਓਰਮੈਂਟ ਕੇਸ ਦੇ ਮਾਮਲੇ ਵਿੱਚ, ਲੈਂਡ ਫਰਾਡ ਦੇ ਮਾਮਲੇ ਵਿੱਚ ਮਨਪ੍ਰੀਤ ਸਿੰਘ ਬਾਦਲ ਨਾਮਜ਼ਦ ਨੇ, ਜਿਸ ਦੇ ਚੱਲਦੇ ਹੁਣ ਵਿਜੀਲੈਂਸ ਦੀ ਟੀਮ ਨੇ ਮਨਪ੍ਰੀਤ ਸਿੰਘ ਬਾਦਲ ਦੀ ਚੰਡੀਗੜ੍ਹ ਰਿਹਾਇਸ਼ 'ਤੇ, ਜੀ ਹਾਂ ਚੰਡੀਗੜ੍ਹ ਦੇ ਘਰ 'ਤੇ ਰੇਡ ਕੀਤੀ ਹੈ, ਅਚਨਚੇਤ ਛਾਪੇਮਾਰੀ ਕੀਤੀ ਹੈ। ਇੱਕੋਦਮ ਵਿਜੀਲੈਂਸ ਦੀਆਂ ਟੀਮਾਂ ਪਹੁੰਚ ਗਈਆਂ ਮਨਪ੍ਰੀਤ ਸਿੰਘ ਬਾਦਲ ਦੇ ਘਰ, ਅਤੇ ਜਦੋਂ ਉਹਨਾਂ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਾਇਆ ਕਿ ਮਨਪ੍ਰੀਤ ਸਿੰਘ ਬਾਦਲ, ਸਾਬਕਾ ਨੇਤਾ, ਸਾਬਕਾ ਵਿੱਤ ਮੰਤਰੀ, ਘਰ ਵਿੱਚ ਮੌਜੂਦ ਨਹੀਂ ਹਨ। ਇੱਕੋਦਮ ਜਦੋਂ ਵਿਜੀਲੈਂਸ ਦੀ ਟੀਮ ਪਹੁੰਚੀ, ਜਿਹੜੇ ਰਿਸ਼ਤੇਦਾਰ ਉਹਨਾਂ ਦੇ ਸਗੇ ਸੰਬੰਧੀ ਮੌਕੇ 'ਤੇ ਮੌਜੂਦ ਸਨ, ਉਹਨਾਂ ਦੇ ਜਾਣਕਾਰ ਘਰ ਵਿੱਚ ਮੌਜੂਦ ਸਨ, ਇੱਕੋਦਮ ਸ਼ਾਇਦ ਉਹ ਵੀ ਘਬਰਾ ਗਏ ਅਤੇ ਉਹਨਾਂ ਨੇ ਦੇਖਿਆ ਕਿ ਕਿਵੇਂ ਵਿਜੀਲੈਂਸ ਦੇ ਅਧਿਕਾਰੀ ਇੱਕੋਦਮ ਘਰ ਦੇ ਅੰਦਰ ਵੜ ਆਏ ਨੇ। ਪਰ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਦੇ ਹੁਣ ਚੱਲਦੇ ਇਹ ਰੇਡ, ਇਹ ਛਾਪੇਮਾਰੀ ਕੀਤੀ ਗਈ ਹੈ ਚੰਡੀਗੜ੍ਹ ਦੇ ਉਹਨਾਂ ਦੇ ਚੰਡੀਗੜ੍ਹ ਦੀ ਰਿਹਾਇਸ਼ 'ਤੇ ਵਿਜੀਲੈਂਸ ਦੀ ਟੀਮ ਨੇ ਇਹ ਪੂਰੀ ਕਾਰਵਾਈ ਕੀਤੀ ਹੈ, ਰੇਡ ਕੀਤੀ ਹੈ ਅਚਨਚੇਤ, ਤਾਂ ਕਿ ਜੇ ਮਨਪ੍ਰੀਤ ਸਿੰਘ ਬਾਦਲ ਆਪਣੀ ਚੰਡੀਗੜ੍ਹ ਦੇ ਰਿਹਾਇਸ਼ 'ਤੇ ਆਪਣੇ ਚੰਡੀਗੜ੍ਹ ਵਾਲੇ ਘਰ 'ਚ ਮੌਜੂਦ ਨੇ, ਉਹਨਾਂ ਨੂੰ ਕਿਤੋਂ ਖਬਰ ਨਾ ਮਿਲ ਜਾਵੇ ਕਿ ਵਿਜੀਲੈਂਸ ਦੀ ਟੀਮ ਆ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ। ਪਰ ਜਦੋਂ ਟੀਮ ਪਹੁੰਚੀ, ਸਾਬਕਾ ਵਿੱਤ ਮੰਤਰੀ ਮੌਕੇ 'ਤੇ ਮੌਜੂਦ ਨਹੀਂ ਸਨ, ਖਾਲੀ ਹੱਥ ਵਾਪਸ ਆਉਣਾ ਪਿਆ ਵਿਜੀਲੈਂਸ ਦੀ ਟੀਮ ਨੂੰ। ਪਰ ਇਸ ਦੇ ਚੱਲਦੇ ਉਹਨਾਂ ਨੇ ਘਰ ਦੇ ਜਿਹੜੇ ਬਾਕੀ ਮੈਂਬਰ ਅੰਦਰ ਮੌਜੂਦ ਸਨ, ਉਹਨਾਂ ਨਾਲ ਰਾਬਤਾ ਜ਼ਰੂਰ ਕੀਤਾ, ਉਹਨਾਂ ਕੋਲ ਪੁੱਛਗਿੱਛ ਕੀਤੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਵੇਅਰ ਅਬਾਊਟਸ ਬਾਰੇ ਪੁੱਛਿਆ, ਕਿੱਥੇ ਇਸ ਟਾਈਮ ਮਨਪ੍ਰੀਤ ਸਿੰਘ ਬਾਦਲ ਮੌਜੂਦ ਨੇ। ਤਾਂ ਦੱਸ ਦਈਏ ਕਿ ਪੰਜਾਬ ਦੇ ਨਾਲ ਨਾਲ ਹਰਿਆਣਾ, ਰਾਜਸਥਾਨ ਵਿੱਚ ਵੀ ਲਗਾਤਾਰ ਛਾਪੇਮਾਰੀ, ਲਗਾਤਾਰ ਭਾਲ ਕੀਤੀ ਜਾ ਰਹੀ ਮਨਪ੍ਰੀਤ ਸਿੰਘ ਬਾਦਲ ਦੀ, ਕਿਉਂਕਿ ਉਹਨਾਂ ਖਿਲਾਫ ਬਠਿੰਡਾ ਲੈਂਡ ਫਰਾਡ ਦਾ ਇੱਕ ਮਾਮਲਾ ਦਰਜ ਹੈ, ਜਿਸ ਦੇ ਚੱਲਦੇ ਹੁਣ ਵਿਜੀਲੈਂਸ ਦੀ ਟੀਮ ਉਹਨਾਂ ਦੀ ਭਾਲ ਕਰ ਰਹੀ ਹੈ। ਤਾਂ ਦੱਸ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੀ ਅਦਾਲਤ ਵਿੱਚ ਵੀ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ 4 ਅਕਤੂਬਰ ਨੂੰ ਹੋਣੀ ਹੈ। ਖੈਰ 4 ਅਕਤੂਬਰ ਅਜੇ ਬਹੁਤ ਦੂਰ ਹੈ, ਪਰ ਆਪਣੀ ਇਸ ਜ਼ਮਾਨਤ ਤੋਂ, ਆਪਣੀ ਜ਼ਮਾਨਤ ਦੇ ਚੱਲਦੇ ਆਪਣੇ ਇਸ ਗ੍ਰਿਫਤਾਰੀ ਤੋਂ ਬਚਣ ਲਈ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਆਪਣਾ ਠਿਕਾਣਾ ਬਦਲਣ ਨੂੰ ਮਜਬੂਰ ਨੇ, ਹਰ ਕੁਝ ਸਮੇਂ ਬਾਅਦ ਆਪਣਾ ਠਿਕਾਣਾ ਬਦਲ ਰਹੇ ਨੇ। ਇੱਕ ਠਿਕਾਣਾ ਚੰਡੀਗੜ੍ਹ ਦਾ, ਚੰਡੀਗੜ੍ਹ ਦਾ ਵੀ ਉਹਨਾਂ ਦਾ ਘਰ ਸੀਗਾ, ਜਿਸ 'ਤੇ ਵਿਜੀਲੈਂਸ ਦੀ ਟੀਮ ਨੇ ਰੇਡ ਕੀਤੀ ਹੈ। ਅਚਨਚੇਤ ਟੀਮ ਪਹੁੰਚ ਗਈ ਅਤੇ ਜਦੋਂ ਟੀਮ ਅੰਦਰ ਵੜੀ ਤਾਂ ਉਹਨਾਂ ਨੇ ਵੇਖਿਆ ਕਿ ਮਨਪ੍ਰੀਤ ਸਿੰਘ ਬਾਦਲ ਮੌਕੇ 'ਤੇ ਮੌਜੂਦ ਨਹੀਂ ਸਨ, ਪਰ ਜਿਹੜੇ ਰਿਸ਼ਤੇਦਾਰ ਮੌਕੇ 'ਤੇ ਮੌਜੂਦ ਸਨ। ਜਿਹੜੀ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਹ ਉਹਨਾਂ ਦੇ ਘਰ ਦੀਆਂ ਹੀ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਵਿਜੀਲੈਂਸ ਦੀ ਟੀਮ ਪਹੁੰਚੀ, ਉਹਨਾਂ ਨੇ ਇੱਕੋਦਮ ਰੇਡ ਕਰ ਦਿੱਤੀ ਹੈ, ਪਰ ਖਾਲੀ ਹੱਥ ਮੁੜਨਾ ਪਿਆ ਵਿਜੀਲੈਂਸ ਦੀ ਟੀਮ ਨੂੰ। ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿੱਤ ਮੰਤਰੀ, ਮੌਕੇ 'ਤੇ ਮੌਜੂਦ ਨਹੀਂ ਸਨ। ਹੁਣ ਤੁਹਾਨੂੰ ਸੁਣਾਉਂਦੇ ਹਾਂ ਕਿ ਜਿਹੜੇ ਵਿਜੀਲੈਂਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਨੇ, ਉਹਨਾਂ ਨੇ ਕੀ ਉਸ ਜਗ੍ਹਾ 'ਤੇ ਵੇਖਿਆ ਜਦੋਂ ਭਾਲ ਕੀਤੀ ਜਾ ਰਹੀ ਹੈ ਮਨਪ੍ਰੀਤ ਸਿੰਘ ਬਾਦਲ ਦੀ। ਅਗਲਾ ਕਦਮ ਵਿਜੀਲੈਂਸ ਦੀ ਟੀਮ ਦਾ ਕੀ ਹੋਣ ਵਾਲਾ ਹੈ? ਮੈਡਮ ਵੀਨੂ ਬਾਦਲ ਜੀ ਇੱਥੇ ਹੈਗੇ ਨੇ, ਇੱਕ ਸਰਫਰਾਜ ਜੀ ਨੇ, ਹੋਰ ਕੋਈ ਇੱਥੇ ਹੈ ਨਹੀਂ ਗਾ ਪ੍ਰੈਜੈਂਟ। ਜਿਹੜੇ ਇਹਨਾਂ ਦੇ ਕੋਈ ਰਿਲੇਟਿਵ ਆਏ ਹੋਏ ਨੇ, ਮੈਡਮ ਨੇ, ਇਹਨਾਂ ਮਾਤਾ ਜੀ ਨੇ, ਤੇ ਬਾਕੀ ਉਹਨਾਂ ਦੇ ਜੋ ਅਮਨਪ੍ਰੀਤ ਜੀ ਇੱਥੇ ਹੈ ਨਹੀਂ ਗੇ। ਤਾਂ ਮਨਪ੍ਰੀਤ ਬਾਦਲ ਉਹਨਾਂ ਦੇ ਬਾਰੇ ਤੁਸੀਂ ਪੁੱਛਿਆ ਕਿ ਕਿੱਥੇ ਨੇ, ਉਹਨਾਂ ਦੀ ਲੋਕੇਸ਼ਨ ਬਾਰੇ ਤੁਸੀਂ ਕੋਈ ਜਾਣਕਾਰੀ ਪ੍ਰਾਪਤ? ਨਹੀਂ, ਉਹ ਕੋਈ ਕੋਆਪਰੇਟ ਨਹੀਂ ਕਰਦੇ ਜੀ, ਕੁਛ ਨਹੀਂ ਦੱਸ ਰਹੇ ਜੀ। ਤੁਸੀਂ ਕੀ ਪੁੱਛਿਆ, ਕੀ ਅੰਦਰ ਪੁੱਛਿਆ? ਕਿਉਂਕਿ ਵੱਖ ਵੱਖ ਸੂਬਿਆਂ 'ਚ ਜਿਹੜੀ ਹੈ ਵਿਜੀਲੈਂਸ ਦੀ ਟੀਮ ਗਈ, ਉੱਤਰਾਖੰਡ ਗਈ, ਰਾਜਸਥਾਨ ਗਈ, ਲੇਕਿਨ ਅਜੇ ਤੱਕ ਨਹੀਂ ਮਿਲ ਪਾਈ। ਸਾਡੀਆਂ ਟੀਮਾਂ ਜਾ ਰਹੀਆਂ ਨੇ ਜੀ, ਕੌਨਫੀਡੈਂਸ਼ਲੀ ਅਸੀਂ ਰੇਡ ਕਰਦੇ ਹਾਂ ਕਈ ਜਗ੍ਹਾ ਦੇ ਉੱਤੇ ਜਿੱਥੇ ਜਾਂਦੇ ਹਾਂ। ਸਾਨੂੰ ਜੋ ਟੀਮਸ ਨੇ, ਜਿੱਥੇ ਸਾਡੀ ਕੁਛ ਜਗ੍ਹਾ ਤੇ ਹੋਰ ਵੀ ਗਈਆਂ ਹੋਈਆਂ ਨੇ, ਪਰ ਇੱਥੇ ਮੇਰੀ ਡਿਊਟੀ ਲੱਗੀ ਸੀ। ਮੈਂ ਆਪਣੇ ਚੈੱਕ ਸੂਬਿਆਂ ਦੇ ਵਿੱਚ ਜਿਹੜੀ ਹੈ ਵਿਜੀਲੈਂਸ ਦੀ ਵੱਲੋਂ ਭਾਲ ਕੀਤੀ ਗਈ ਹੈ, ਹਰਿਆਣਾ ਤੇ ਅੱਜ ਇੱਕ ਚੰਡੀਗੜ੍ਹ, ਤੇ ਬਾਕੀ ਇੱਕ ਦੋ ਜਗ੍ਹਾ ਤੇ ਅਸੀਂ ਹੋਰ ਰਾਜਸਥਾਨ ਗਏ ਸੀ, ਉੱਤਰਾਖੰਡ ਗਏ ਸੀ, ਰਾਜਸਥਾਨ ਗਏ। ਸਰ, ਕੀ ਕੋਈ ਕਾਲ ਲੋਕੇਸ਼ਨਸ ਨਾਲ ਵੀ ਟਰੇਸ ਕੀਤਾ ਜਾ ਰਿਹਾ, ਕੋਈ ਪਰਿਵਾਰ ਨਾਲ ਗੱਲਬਾਤ ਵੀ ਜੇਕਰ ਹੋਈ ਹੋਊਗੀ ਤਾਂ ਪਤਾ ਚੱਲ ਜਾਊਗਾ, ਜਾਂ ਉਹਨਾਂ ਦੇ ਨਾਲ ਕੋਈ ਸਿਕਿਉਰਿਟੀ ਮੁਲਾਜ਼ਮ ਜਿਹੜੇ ਮੌਜੂਦ ਸੀ, ਉਹਨਾਂ ਨੂੰ ਸਿਕਿਉਰਿਟੀ ਵੀ ਮਿਲੀ ਹੋਈ ਕਿ ਉੱਥੋਂ ਦੀ ਵੀ ਪਤਾ ਕੀਤਾ ਜਾ ਰਿਹਾ? ਫੋਨ ਸਵਿਚ ਆਫ ਨੇ ਜੀ ਇਹਨਾਂ ਦੇ, ਫੋਨ ਸਵਿਚ ਆਫ ਹੋਣ ਕਰਕੇ। ਮਨਪ੍ਰੀਤ ਬਾਦਲ ਦੇ ਨਾਲ, ਜਿਹੜੀ ਮਨਪ੍ਰੀਤ ਬਾਦਲ ਦੇ ਨਾਲ ਜਿਹੜੀ ਲਾਸਟ ਲੋਕੇਸ਼ਨ ਪਤਾ ਲੱਗੀ, ਕਿੱਥੇ ਸੀਗੀ ਜੋ ਲਾਸਟ? ਨਹੀਂ, ਇਹਦੇ ਬਾਰੇ ਅਸੀਂ ਕੁਝ ਨਹੀਂ ਦੱਸ ਸਕਦੇ ਜੀ। ਕੀ ਸਿਕਿਉਰਿਟੀ ਸਿਕਿਉਰਿਟੀ ਨਾਲ ਮੌਜੂਦ ਹੈਗੀ ਹੈ ਮਨਪ੍ਰੀਤ ਸਿੰਘ ਬਾਦਲ ਦੇ? ਨਹੀਂ, ਹੈ ਨਹੀਂ ਜੀ, ਤਾਂ ਸਿਕਿਉਰਿਟੀ ਨਾਲ ਮੌਜੂਦ ਨਹੀਂ ਹੈ। ਅਸੀਂ ਉਹਨਾਂ ਦੀ ਜਿਹੜੀ ਲੋਕੇਸ਼ਨ ਹੈ ਕਿ ਉਹ ਲੀਕੇਜ ਨਹੀਂ ਕਰ ਸਕਦੇ ਕੋਈ, ਕਿਉਂਕਿ ਸਾਨੂੰ ਜਿੱਥੇ ਮਿਲੂਗਾ ਅਸੀਂ ਆਪੇ ਅਰੈਸਟ ਕਰਾਂਗੇ। ਪਰਿਵਾਰਕ ਮੈਂਬਰਾਂ ਨੇ ਅੱਜ ਕੀ ਕਿਹਾ, ਕਦੋਂ ਲਾਸਟ ਟਾਈਮ ਇਸ ਕੋਠੀ ਦੇ ਵਿੱਚ ਆਏ ਸੀਗੇ ਜਾਂ ਕਦੋਂ ਗੱਲਬਾਤ ਹੋਈ? ਨਹੀਂ, ਉਹਨਾਂ ਨੇ ਕੁਝ ਨਹੀਂ ਦੱਸਿਆ ਜੀ, ਕੋਈ ਗੱਲਬਾਤ ਨਹੀਂ। ਨਹੀਂ ਨਹੀਂ, ਉਹਨਾਂ ਨੇ ਉਹ ਕਹਿੰਦੇ ਵੀ ਤੁਸੀਂ ਜੋ ਚੈੱਕ ਕਰਨਾ ਹੈ, ਸਾਡੇ ਕੋਲ ਉਹਨਾਂ ਦੀ ਅਰੈਸਟ ਦਾ ਵਾਰੰਟ ਸੀਗਾ, ਉਹਨਾਂ ਦੇ ਬਾਰੇ ਚੈੱਕ ਕੀਤਾ। ਤੁਹਾਡੇ ਕੋਲ ਅਰੈਸਟ ਵਾਰੰਟ? ਪਰਿਵਾਰ ਦੇ ਵਿੱਚ ਮੈਡਮ ਇਹਨਾਂ ਦੇ ਮਦਰ ਨੇ, ਇੱਕ ਇਹਦੇ ਵੇਨੂ ਬਾਦਲ ਜੀ ਨੇ, ਉਹਨਾਂ ਦੀ ਵਾਈਫ, ਹਾਂਜੀ, ਤੇ ਇੱਕ ਉਹਨਾਂ ਦੀ ਨੀਸ ਹੈਗੀ। ਕੋਰਟ ਨੇ ਆਰਡਰ ਕੀਤਾ ਸੀ, ਅਰੈਸਟ ਵਾਰੰਟ ਜਾਰੀ ਕੀਤਾ ਸੀ ਔਰ ਕਿਹਾ ਸੀਗਾ ਕਿ ਇੱਕ ਤੈਅਸ਼ੁਦਾ ਤਰੀਕ ਤੱਕ ਜਿਹੜਾ ਹੈ ਉਹ ਪੇਸ਼ ਕੀਤਾ ਜਾਣਾ ਹੈ, ਤਾਂ ਉਹ ਤੈਅਸ਼ੁਦਾ ਤਰੀਕ ਕਿਹੜੀ ਸੀਗੀ ਔਰ ਕੀ ਹੁਣ ਜੇ ਉਸ ਤੋਂ? 12:10 ਤੱਕ ਸਾਡੇ ਕੋਲ ਵਾਰੰਟ ਹੈਗਾ ਜੀ। 12:10 ਤੱਕ? ਹਾਂਜੀ, 12:10 ਤੱਕ ਅਰੈਸਟ ਵਾਰੰਟ ਹੈਗਾ, ਬਟ ਉਹਨਾਂ ਦੀ ਕੱਲ੍ਹ ਨੂੰ ਇੱਕ ਬੇਲ ਲੱਗੀ ਹੋਈ ਹੈ
ਉਹਨੂੰ ਅਸੀਂ ਅਪੋਜ਼ ਕਰਾਂਗੇ ਜੀ। ਕਿੰਨਾ ਕੰਫੀਡੈਂਟ ਤੁਸੀਂ ਹੈਗੇ ਹੋ ਕਿ ਅਰੈਸਟ ਪਾ ਲਿੱਤੀ ਜਾਊਗੀ 12 ਤਰੀਕ ਤੋਂ ਪਹਿਲਾਂ ਪਹਿਲਾਂ ਅਰੈਸਟ ਹੋ ਜਾਊਗੀ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਤੁਹਾਡੀ ਇੰਟੈਲੀਜੈਂਸ ਵੀ ਕੰਮ ਕਰ ਰਹੀ ਹੋਊਗੀ? ਜੇਕਰ ਬਾਈ ਚਾਂਸ ਨਹੀਂ ਅਰੈਸਟ ਹੁੰਦੀ ਤਾਂ ਅਸੀਂ ਉਹਦਾ ਐਕਸਟੈਂਡ ਕਰਵਾਵਾਂਗੇ ਜੀ ਵਾਰੰਟ। ਹਾਂਜੀ, ਇਹ ਪ੍ਰੋਵੀਜ਼ਨ ਹੈਗੀ ਹੈ ਜੀ ਕੋਰਟ। ਮੈਡਮ